28 ਤਰੀਕ ਨੂੰ ਵਿਆਹ ਹੋਇਆ ਸੀ, ਲਾਵਾਂ ਚਾਰ ਹੋਈਆਂ ਸੀ, ਨਿੰਮੀ ਅੱਗੇ ਅੱਗੇ ਸੀ, ਮੈਂ ਪਿੱਛੇ ਪਿੱਛੇ ਸੀ, ਨਹੀਂ ਮੈਂ ਅੱਗੇ ਅੱਗੇ ਸੀ, ਨਿੰਮੀ ਪਿੱਛੇ ਪਿੱਛੇ ਸੀ। ਤੁਸੀਂ ਘਬਰਾਏ ਹੋਏ ਲੱਗ ਰਹੇ ਹੋ। ਮਨਵੀਰ, ਘਬਰਾਈ ਮੈਂ ਨਹੀਂ, ਘਬਰਾਇਆ ਤੂੰ ਹੈ, ਲੰਬਾ ਸਾਲ ਹੈ। ਛੱਡ ਦੇ ਹੁਣ। ਤੁਹਾਡਾ ਵਿਆਹ ਕਦੋਂ ਹੋਇਆ ਸੀ? 3 ਮਹੀਨੇ। 2 ਮਹੀਨੇ। ਕਿਹੜੇ ਗੁਰਦੁਆਰੇ 'ਚ ਹੋਇਆ ਸੀ ਪੁੱਤ? ਪਿੰਡ ਸਾਊਥ। ਤੁਹਾਡਾ ਦੋਨਾਂ ਦਾ ਅੱਡ ਅੱਡ ਵਿਆਹ ਹੋਇਆ? ਮੈਨੂੰ ਤਾਂ ਲੱਗਦਾ ਇਹਨਾਂ ਦੋਵਾਂ ਦਾ ਵਿਆਹ ਵੀ ਨਹੀਂ ਹੋਇਆ। ਮਸੇ ਬੱਚੇ ਦੀਦੀ, ਇਹ ਝੂਠ ਕਿੰਨਾ ਟਾਈਮ ਚੱਲੂ? ਵੈਸੇ ਜੋੜੀ ਤਾਂ ਸੋਹਣੀ ਹੈ ਤੁਹਾਡੇ ਦੋਨਾਂ ਦੀ। ਤੇਰੀ ਹੀ ਤਲਾਸ਼ ਹੋ, ਮਜਬੂਰੀ ਹੈ ਮੇਰੀ, ਜਦੋਂ ਨਾ ਤੂੰ ਪਾਸ ਹੋ। ਤੇਰਾ ਨਾ ਇਸ ਡਰਾਮੇ ਚੋਂ ਨਿਕਲਣ ਦਾ ਬਿਲਕੁਲ ਮੂਡ ਨਹੀਂ। ਨੈਣ ਮੇਰੇ ਕਾਤੋਂ ਤੈਨੂੰ ਲੱਭਦੇ ਹੀ ਰਹਿੰਦੇ ਆ। ਮਾਸੀ ਜੀ, ਤੂੰ ਹੀ ਦੱਸ ਯਾਰਾ ਹੋਰ ਤੂੰ ਇੱਥੇ ਕੀ ਕਰਦੀ ਹੈ? ਮੇਰੀ ਮਾਸੀ ਦਾ ਘਰ ਹੈ, ਤੂੰ ਵੀ ਇੱਥੇ, ਮੈਂ ਵੀ ਇੱਥੇ, ਬੜਾ ਮਜ਼ਾ ਆਊਗਾ। ਬਿਲਕੁਲ ਨਹੀਂ ਆਊਗਾ। ਨਾ ਫਿਰ ਹੁਣ ਉੱਤੇ ਸੌਂਦੀ ਹੈ? ਉਹ ਤਾਂ ਇੱਕ ਦੂਜੇ ਬਿਨਾਂ ਸਾਹ ਨਹੀਂ ਲੈਂਦੇ। ਮਨਵੀਰ, ਤੁਸੀਂ ਇੱਥੇ ਉਹ ਮਿਹਰ ਉਹ ਨਿੰਮੀ ਸਾਡੀ ਨੂੰ। ਸਤਿ ਸ਼੍ਰੀ ਅਕਾਲ ਜੀ। ਐਵਰੀ ਨਾਈਟ ਇਨ ਮਾਈ ਡ੍ਰੀਮ। ਆਪਣੀ ਸੁਹਾ ਹੁੰਦਾ ਪੁੱਤ। ਵੀਜੀ ਇੱਥੇ ਅਗਨੀ ਨਹੀਂ ਨਾ ਹੈਗੀ, ਇਸ ਕਰਕੇ ਆਪਾਂ ਸਵਾਹ ਦੀ ਥਾਂ ਤੇ ਵਾਹਵਾ ਕਹਿ ਰਹੇ ਹਾਂ। ਸ਼ਗਨਾਂ ਦਾ ਕੰਮ ਹੈ ਨਾ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਕੋਈ ਨਾ ਕੋਈ ਗੜਬੜ ਹੈ। ਹਾਂ, ਬਾਹਰਲੇ ਮੁਲਕਾਂ 'ਚ ਸੌਂਦੇ ਵੀ ਅੱਡ ਅੱਡ। ਮੇਹਰ ਨੇ ਤੁਹਾਨੂੰ ਮੇਰੇ ਬਾਰੇ ਕਦੇ ਦੱਸਿਆ ਜਾਂ ਨਹੀਂ ਦੱਸਿਆ, ਪਰ ਮੈਂ ਇਹ ਦੱਸਣ ਆਇਆ ਕਿ ਕੱਲ ਵਿਆਹ ਹੈ ਮੇਰਾ। ਫਿਰ ਇੱਥੇ ਕਾਰਡ ਦੇਣ ਵਾਸਤੇ ਆਇਆ? ਮੇਹਰ, ਮੈਂ ਕਰੂੰਗਾ ਨਾ ਇਹਦਾ ਇਲਾਜ। ਤੂੰ ਜੋ ਕਰਨਾ ਸੀ ਨਾ ਉਹ ਕਰ ਚੁੱਕਿਆ, ਹੁਣ ਜੋ ਮੈਂ ਕਰੂੰਗੀ ਨਾ ਉਹਦਾ ਤੈਨੂੰ ਪਤਾ ਚੱਲ ਹੀ ਜਾਊਗਾ। ਚੀਲ ਵਾਲੀ ਅੱਖ ਹੈ ਉਹਦੀ, 5 ਕਿਰਾਏਦਾਰ ਆਲਰੇਡੀ ਕਢਾ ਚੁੱਕਿਆ ਇੱਥੋਂ, ਕਿਤੇ ਸ਼ੱਕਾ ਤੁਹਾਡੇ ਦੇ ਨਾ ਵੱਜੇ। 28 ਤਰੀਕ ਨੂੰ ਵਿਆਹ ਹੋਇਆ ਸੀ, 4 ਲਾਵਾਂ ਲਈਆਂ ਸੀ, 8 ਰਿਸ਼ਤੇਦਾਰ ਸੀ, ਨਿੰਮੀ ਅੱਗੇ ਕੀ ਸੀ, ਮੈਂ ਪਿੱਛੇ ਪਿੱਛੇ ਸੀ। ਘਬਰਾਉਣਾ ਨਹੀਂ ਆਪਾਂ,